ਅਸੀਂ ਅੱਜ ਆਮ ਆਦਮੀ ਪਾਰਟੀ ਦੇ 17 MLA ਗਵਰਨਰ ਸਾਹਿਬ ਕੋਲ ਗਏ, ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਬੜੇ ਮੁੱਦੇ ਜਿਹੜੇ ਪੰਜਾਬ ਦੀ ਜਨਤਾ ਦੇ ਨਾਲ ਜੁੜੇ ਹੋਏ ਆ ਉਹ ਵਿਧਾਨ ਸਭਾ 'ਚ ਅਸੀਂ ਉਠਾਉਣੇ ਚਾਹੁੰਦੇ ਸੀ, ਪਰ ਇਹ ਸਰਕਾਰ ਨੇ ਵਿਧਾਨ ਸਭਾ 'ਚ ਬਹਿਸ ਹੀ ਨਹੀਂ ਕਰਾਈ। ਇੱਥੋਂ ਤੱਕ ਕਿ ਗਵਰਨਰ ਸਾਹਿਬ ਨੇ ਜਦੋਂ ਆਪਣਾ ਭਾਸ਼ਣ ਦਿੱਤਾ ਉਹਦੇ ਵਾਸਤੇ ਥੈਂਕਸ ਵੀ ਨਹੀਂ ਕੀਤਾ, ਜੋ ਕਿ ਪਹਿਲੀ ਵਾਰੀ ਮੇਰੇ ਖਿਆਲ ਹੋਇਆ ਹੋਊਗਾ ਕਿ ਸੈਸ਼ਨ ਇਹਨਾਂ ਨੇ ਖਤਮ ਕਰ ਦਿੱਤਾ, ਪ੍ਰੋਰੋਗ ਕਰਤਾ ਅਤੇ ਗਵਰਨਰ ਸਾਹਿਬ ਦਾ ਥੈਂਕਸ ਵੀ ਨਹੀਂ ਕੀਤਾ, ਉਹਦੇ ਨਾਲ ਕੋਈ ਬਹਿਸ ਵੀ ਨਹੀਂ ਹੋਈ। ਅਗਲਾ ਸੈਸ਼ਨ ਪਹਿਲਾਂ ਕਿਹਾ ਸੀ ਮਈ ਦੇ ਅਖੀਰ 'ਚ ਸ਼ੁਰੂ ਹੋਊਗਾ, ਫਿਰ ਕਹਿੰਦੇ ਜੂਨ ਦੇ ਸ਼ੁਰੂ ਦੇ ਵਿੱਚ ਸ਼ੁਰੂ ਹੋ ਜੂਗਾ, ਹੁਣ ਕਹਿ ਰਿਹਾ ਕਿ ਜੂਨ ਦੇ ਜਾ ਕੇ ਤੀਜੇ ਹਫ਼ਤੇ ਸ਼ੁਰੂ ਹੋਊਗਾ। ਅਤੇ ਕੁਛ ਐਸੇ ਮੁੱਦੇ ਨੇ ਜਿਹੜੇ ਜੂਨ ਦੇ ਅਖੀਰ ਤੱਕ ਵੇਟ ਨਹੀਂ ਕਰ ਸਕਦੇ, ਲੋਕ ਪੰਜਾਬ ਦੀ ਜਨਤਾ ਉਹਨਾਂ ਦੇ ਤਰ੍ਹਾਂ ਤਰ੍ਹਾਂ ਕਰ ਰਹੀ ਆ, ਉਹਦੇ ਕਰਕੇ ਅਸੀਂ ਹੁਣ ਗਵਰਨਰ ਸਾਹਿਬ ਕੋਲ ਆਏ ਕਿ ਉਹਨਾਂ ਮੁੱਦਿਆਂ ਦੇ ਵਿੱਚ ਤੁਸੀਂ ਇੰਟਰਫੇਅਰ ਕਰੋ, ਤੁਸੀਂ ਵਿੱਚ ਦਖਲ ਦਿਓ। ਪਹਿਲਾ ਮੁੱਦਾ ਜੋ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਅੱਜ ਕੱਲ੍ਹ ਉਹ ਚੱਲ ਰਿਹਾ, ਜੋ RTE ਐਕਟ ਪੰਜਾਬ ਸਰਕਾਰ ਨੇ ਇੰਪਲੀਮੈਂਟ ਨਹੀਂ ਕੀਤਾ, ਜੋ ਉਹਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਬੱਚਿਆਂ ਨੂੰ ਐਡਮਿਸ਼ਨਾਂ ਦੇਣੀਆਂ ਸੀ ਉਹ ਨਹੀਂ ਦਿੱਤੀਆਂ, ਜੋ ਉਹਦੇ ਵਿੱਚ ਹੈ ਕਿ ਜੋ ਯੂਨੀਫਾਰਮ ਦੇ ਨਾਮ 'ਤੇ ਅਤੇ ਕਿਤਾਬਾਂ ਦੇ ਨਾਮ ਦੇ ਉੱਤੇ ਪੈਸੇ ਲੈ ਜਾਂਦੇ ਆ ਉਹ ਬਿਲਕੁਲ ਨਹੀਂ ਲੈ ਜਾ ਸਕਦੇ, ਜੋ ਰੀਐਡਮਿਸ਼ਨ ਆ ਉਹ ਨਹੀਂ ਹੋ ਸਕਦੀ। ਪਰ ਉਹਦੇ ਬਾਵਜੂਦ ਵੀ ਇਹ ਸਕੂਲ ਕਰ ਰਿਹਾ ਅਤੇ ਸਰਕਾਰ ਕੋਈ ਕਦਮ ਨਹੀਂ ਉਠਾ ਰਹੀ। ਹਾਈ ਕੋਰਟ ਨੇ ਆਪਣਾ ਫੈਸਲਾ ਦਿੱਤਾ ਕਿ ਜੋ ਫੀਸਾਂ ਇਹਨਾਂ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਲਈਆਂ ਵਾਪਸ ਕਰੋ, ਉਹ ਵਾਪਸ ਨਹੀਂ ਹੋ ਰਹੀਆਂ। ਅਤੇ ਨਾਲ ਦੀ ਨਾਲ ਹੀ ਜੋ ਸਰਕਾਰੀ ਸਕੂਲ ਆ ਉਹਦੇ 'ਚ ਗਰੀਬਾਂ ਦੇ ਬੱਚਿਆਂ ਨੂੰ ਜੋ ਕਿਤਾਬਾਂ ਦਿੱਤੀਆਂ ਜਾਂਦੀਆਂ ਉਹ ਅਜੇ ਤੱਕ ਨਹੀਂ ਦਿੱਤੀਆਂ ਗਈਆਂ। ਕਲਾਸਾਂ ਸ਼ੁਰੂ ਹੋ ਗਈਆਂ ਪਰ ਬੱਚਿਆਂ ਕੋਲ ਕਿਤਾਬਾਂ ਹੀ ਨਹੀਂ ਹਨ ਅਤੇ ਉਹ ਕਲਾਸਾਂ ਦੇ ਵਿੱਚ ਕੀ ਪੜ੍ਹਨਗੇ। ਅਗਲਾ ਜੋ ਬਹੁਤ ਵੱਡਾ ਮੁੱਦਾ, ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਕਿ ਕਰਜ਼ੇ ਮਾਫ਼ ਕੀਤੇ ਜਾਣਗੇ। ਅਜੇ ਤੱਕ ਸਿਰਫ ਉਹ ਕਮੇਟੀਆਂ ਹੀ ਕਮੇਟੀਆਂ ਬਣਾਈ ਜਾਂਦੇ ਆ, ਇਸ ਦੇ ਉੱਤੇ ਕੋਈ ਠੋਸ ਕਦਮ ਨਹੀਂ ਲਿਆ ਅਤੇ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਆ। ਕਿਸਾਨਾਂ ਨੂੰ ਅਜੇ ਵੀ ਜਿਨ੍ਹਾਂ ਦਾ ਕਰਜ਼ਾ ਦੇਣਾ ਉਹ ਤੰਗ ਕਰ ਰਹੇ ਆ, ਅਤੇ ਇਹਦੇ ਵਿੱਚ ਠੋਸ ਕਦਮ ਇਮੀਡੀਏਟਲੀ ਉਠਾਏ ਜਾਣ ਅਤੇ ਤਾਂ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ। ਰੋਜ਼ ਦਾ ਇਹ ਕੰਮ ਹੋਇਆ ਅਤੇ ਸਰਕਾਰ ਨੂੰ ਇਹ ਜਲਦੀ ਤੋਂ ਜਲਦੀ ਕਰਨਾ ਚਾਹੀਦਾ। ਤੀਜਾ ਮੁੱਦਾ ਜਿਹੜਾ ਅਸੀਂ ਲਿਆ ਕਿ ਜਿਹੜੀਆਂ ਚਿੱਟ ਫੰਡ ਕੰਪਨੀਆਂ ਪਰਲ ਅਤੇ ਕਰਾਊਨ, ਉਹਨਾਂ ਨੇ ਲੋਕਾਂ ਦੇ ਕੋਲੋਂ ਵਿਚਾਰੇ ਗਰੀਬਾਂ ਤੋਂ ਪੈਸਾ ਲੈ ਕੇ ਆਪਣੀਆਂ ਜਾਇਦਾਦਾਂ ਬਣਾਈਆਂ ਅਤੇ ਉਹ ਕੰਪਨੀਆਂ ਦੇ ਵਿੱਚ ਘੱਟ ਨੇ ਜਾਇਦਾਦਾਂ, ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਅਤੇ ਦੂਜੀਆਂ ਫੇਕ ਕੰਪਨੀਆਂ ਬਣਾ ਕੇ ਉਹਨਾਂ ਦੇ ਨਾਮ 'ਤੇ ਜ਼ਿਆਦਾ ਜਾਇਦਾਦ ਆ। ਅਤੇ ਇਹਦੀ ਪੁਲਿਸ 'ਚੋਂ ਕੇਸ ਰਜਿਸਟਰ ਕੀਤਾ, ਇਨਵੈਸਟੀਗੇਸ਼ਨ ਕੀਤੀ ਜਾਵੇ, ਜਿੰਨੀਆਂ ਵੀ ਉਸ ਤਰ੍ਹਾਂ ਦੀਆਂ ਦੂਜੀਆਂ ਰਿਸ਼ਤੇਦਾਰਾਂ ਦੇ ਨਾਂ 'ਤੇ ਜਾਇਦਾਦਾਂ ਉਹ ਵੀ ਸਾਰੀਆਂ ਸੀਜ਼ ਕੀਤੀਆਂ ਜਾਣ ਅਤੇ ਆਕਸ਼ਨ ਕੀਤੀਆਂ ਜਾਣ। ਅਤੇ ਜਿਹੜਾ ਗਿਆਨ ਸਾਗਰ ਦਾ ਉਹ ਵੀ ਪਰਲ ਕੰਪਨੀ ਦੇ ਨਾਲ ਰਿਲੇਟਡ ਆ, ਇਹ ਗਿਆਨ ਸਾਗਰ ਟਰੱਸਟ ਨੂੰ ਗੌਰਮੈਂਟ ਟੇਕਓਵਰ ਕਰੇ, ਜਿੰਨੀ ਲਾਇਬਿਲਟੀ ਆ ਉਹ ਸਾਰੀ ਟਰੱਸਟੀਆਂ ਦੇ ਉੱਤੇ ਪਾਈ ਜਾਵੇ ਅਤੇ ਇਹਨੂੰ ਗੌਰਮੈਂਟ ਵਿਦਾਊਟ ਲਾਇਬਿਲਟੀ ਟੇਕਓਵਰ ਕਰਕੇ ਚਲਾਵੇ, ਬੱਚਿਆਂ ਦੇ ਕੈਰੀਅਰ ਦਾ ਸਵਾਲ ਆ। ਅਗਲਾ ਮੁੱਦਾ ਜਿਹੜਾ ਪੰਜਾਬ ਦੇ ਲਾਅ ਐਂਡ ਆਰਡਰ ਦਾ, ਰੋਜ਼ ਪੰਜਾਬ 'ਚ ਵਾਰਦਾਤ ਹੋ ਰਹੀ ਆ, ਰੋਜ਼ ਪੰਜਾਬ 'ਚ ਗੋਲੀਆਂ ਚੱਲ ਰਹੀਆਂ ਔਰ ਕਤਲ ਹੋ ਰਹੇ ਆ, ਔਰ ਇਹਦਾ ਵੱਡਾ ਕਾਰਨ ਇਹ ਆ ਕਿ ਜਿਹੜੇ ਗੈਰ ਕਾਨੂੰਨੀ ਧੰਦੇ ਚੱਲਦੇ ਸੀ, ਜਿਹੜੇ ਕਿ ਪਹਿਲਾਂ ਅਕਾਲੀ ਲੀਡਰ ਚਲਾਉਂਦੇ ਆ ਅਤੇ ਨਾਲੇ ਗੁੰਡਾ ਟੈਕਸ ਜਿਹੜਾ ਅਕਾਲੀ ਲੀਡਰ ਇਕੱਠੇ ਕਰਦੇ ਸੀ, ਇਹ ਜੋ ਕਾਂਗਰਸੀ ਸਰਕਾਰ ਆਈ ਆ ਉਹਨਾਂ ਨੂੰ ਬੰਦ ਕਰਾਉਣਾ ਚਾਹੀਦਾ ਸੀ। ਇਹ ਬੰਦ ਕਰਾਉਣ ਦੀ ਬਜਾਏ ਇਹ ਕਾਂਗਰਸ ਦੇ ਲੀਡਰ ਉਹਨਾਂ ਨੂੰ ਖੁਦ ਆਪਣੇ 'ਚ ਕੰਟਰੋਲ ਕਰਨਾ ਚਾਹੁੰਦੇ ਆ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਇਹਨਾਂ ਮੁੱਦਿਆਂ ਦੇ ਵਿੱਚ ਤੁਸੀਂ ਵਿੱਚ ਦਖਲ ਦਿਓ ਅਤੇ ਸਰਕਾਰ ਦੇ ਨੂੰ ਕਹੋ, ਹਦਾਇਤਾਂ ਕਰੋ ਕਿ ਇਹਨਾਂ ਮੁੱਦਿਆਂ 'ਤੇ ਸਰਕਾਰ ਜਲਦੀ ਤੋਂ ਜਲਦੀ ਕਦਮ ਉਠਾਏ।